ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੁੱਖ ਸੇਵਾਦਾਰ ਆਵਾਜ਼ੇ ਕੌਮ ਜਥੇਬੰਦੀ ਮਨਜੀਤ ਸਿੰਘ। ਅੱਜ ਦਾ ਸਾਡਾ ਮਕਸਦ ਇਹ ਪ੍ਰਦਰਸ਼ਨੀ ਲਗਾ ਕੇ ਸੰਗਤ ਨੂੰ ਔਰ ਹਕੂਮਤ ਨੂੰ ਇਹ ਦੱਸਣ ਦੇ ਲਈ ਆ ਕਿ ਅਸੀਂ ਸਾਡੇ ਉੱਪਰ ਵਾਪਰੇ ਘੱਲੂ ਘਰੇ ਕਦੇ ਵੀ ਨਹੀਂ ਭੁੱਲਦੇ। ਹਾਲਾਂਕਿ ਹਕੂਮਤਾਂ ਜਿਹੜੀਆਂ ਘੱਲੂ ਘਰੇ ਕਰਦੀਆਂ ਉਹਨਾਂ ਦੀ ਪੂਰੀ ਜਿਹੜਾ ਪੂਰਾ ਜ਼ੋਰ ਲੱਗਾ ਹੁੰਦਾ ਆ ਵੀ ਉਹ ਘੱਲੂ ਘਰੇ ਜਿਹੜੇ ਹੈਗੇ ਆ ਕੌਮਾਂ ਆਪਣੇ ਮਨਾਂ 'ਚੋਂ ਵਿਸਾਰ ਦੇਣ, ਅਤੇ ਜੇ ਕਿਤੇ ਯਾਦ ਵੀ ਰੱਖਣ ਤਾਂ ਉਹਨਾਂ ਦੇ ਦੋਸ਼ੀ ਵੀ ਉਹਨਾਂ ਨੂੰ ਬਣਾ ਦਿਓ ਜਿਹਨਾਂ ਦੇ ਉੱਪਰ ਇਹ ਘੱਲੂ ਘਰੇ ਵਾਪਰੇ ਜਾਂਦੇ ਹੈ। ਕੌਮ ਦਾ ਬਹੁਤ ਵੱਡਾ ਹਿੱਸਾ ਸ਼ਾਇਦ ਇਹ ਨਹੀਂ ਜਾਣਦਾ ਕਿ 1984 ਤੋਂ ਪਹਿਲਾਂ ਵੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ, 1984 ਤੋਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਜੋੜੇ ਪਾ ਕੇ ਦਰਬਾਰ ਸਾਹਿਬ ਦੀ ਜੂਹ ਦੇ ਅੰਦਰ ਪਰਿਕਰਮਾ ਦੇ ਵਿੱਚ ਦਾਖਲ ਹੋਈਆਂ। 1984 ਤੋਂ ਪਹਿਲਾਂ ਵੀ ਇੱਥੇ ਗੋਲੀ ਚੱਲੀ, ਲਾਠੀਚਾਰਜ ਹੋਏ ਅਤੇ ਹਜ਼ਾਰਾਂ ਸਿੰਘ ਇੱਥੇ ਸ਼ਹੀਦ ਹੋਏ ਆ। 1955 ਦੇ ਵਿੱਚ ਜਦੋਂ ਸਿੱਖ ਅਜੇ 1947 ਦੇ ਜ਼ਖਮਾਂ ਨੂੰ ਅੱਲਿਆਂ ਨੂੰ ਦੇਖ ਰਹੇ ਸੀ, ਉਹਨਾਂ ਦੇ ਜ਼ਖਮਾਂ ਦੇ ਵਿੱਚੋਂ ਖੂਨ ਰਿਸਦਾ ਸੀ 1947 ਦਾ, ਅਤੇ ਮਹਿਜ਼ 8 ਸਾਲ ਬਾਅਦ 'ਚ ਹਿੰਦੁਸਤਾਨ ਹਕੂਮਤ ਉਹਨਾਂ ਨੂੰ ਇੱਕ ਨਵਾਂ ਅਤੇ ਬਹੁਤ ਗਹਿਰਾ ਜ਼ਖਮ ਦਿੰਦੀ 1955 ਦੇ ਵਿੱਚ, ਜਦੋਂ ਸਿੱਖਾਂ ਨੇ ਸਿਰਫ ਇੰਨੀ ਗੱਲ ਕੀਤੀ ਕਿ ਜੇ ਪੂਰੇ ਦੇਸ਼ ਦੇ ਅੰਦਰ ਜਿਹੜੇ ਸੂਬੇ ਆ ਉਹ ਭਾਸ਼ਾ ਦੇ ਆਧਾਰ 'ਤੇ ਬਣ ਰਹੇ, ਅਤੇ ਕਿਸੇ ਇੱਕ ਵੀ ਸੂਬੇ ਨੂੰ ਕੋਈ ਇੱਕ ਹਾਂ ਦਾ ਨਾਰਾ ਤੱਕ ਨਹੀਂ ਮਾਰਨਾ ਪਿਆ, ਕੋਈ ਲਲਕਾਰ ਨਹੀਂ ਮਾਰਨੀ ਪਈ ਵੀ ਸਾਡਾ ਜਿਹੜਾ ਸੂਬਾ ਸਾਨੂੰ ਦਿਓ, ਅਤੇ ਵਾਹਿਦ ਪੰਜਾਬ ਨਾਲ ਹੀ ਇੰਨਾ ਧੱਕਾ ਕਿਉਂ ਕਿ ਉਹਨੂੰ ਆਪਦਾ ਸੂਬਾ ਬਣਾਉਣ ਦੇ ਲਈ ਵੀ ਜਿਹੜਾ ਹੈਗਾ ਹਜ਼ਾਰਾਂ ਸਿੰਘਾਂ ਦੀਆਂ ਕੁਰਬਾਨੀਆਂ ਦੇਣੀਆਂ ਪੈ ਰਹੀਆਂ। ਮਕਸਦ ਸਿਰਫ ਇੰਨਾ ਸੀਗਾ, ਅਸੀਂ ਆਪਦੀ ਕੌਮ ਦੇ ਜਿਹੜੇ ਸਾਡੇ ਸੂਝਵਾਨ ਸੰਗਤ ਹੈਗੀ ਉਹਨੂੰ ਵੀ ਇਹ ਗੱਲ ਜਿਹੜੀ ਆ ਜ਼ਾਹਰ ਕਰਨੀ ਚਾਹੁੰਦੇ ਹਾਂ ਭਈ ਹਿੰਦੁਸਤਾਨ ਹਕੂਮਤ ਦੇ ਵਿੱਚ ਅੱਜ ਵੀ ਜਿਹਨਾਂ ਦਾ ਮੋਹ ਆ, ਵਿਸ਼ਵਾਸ ਆ, ਅਤੇ ਉਹ 1955 ਨੂੰ ਚੇਤੇ ਕਰ ਲੈਣ ਜਦੋਂ ਅਸੀਂ ਕਿਸੇ ਵੱਖਰੇ ਦੇਸ਼ ਦੀ ਮੰਗ ਨਹੀਂ ਸੀ ਕੀਤੀ, ਵਾਹਿਦ ਆਪਣੇ ਉਸੇ ਹੱਕ ਦੀ ਮੰਗ ਕੀਤੀ ਸੀ ਜਿਹਦੇ ਤਹਿਤ ਬਾਕੀ ਪੂਰੇ ਦੇਸ਼ 'ਚ ਸੂਬੇ ਬਣਦੇ ਪਏ ਸੀ, ਅਤੇ ਉਦੋਂ ਵੀ ਉਹਨੇ ਇਸ ਹਿੰਦੁਸਤਾਨੀ ਹਕੂਮਤ ਨੇ ਆਪਣੇ ਢਿੱਡ ਦਾ ਵੈਰ ਸਾਨੂੰ ਦਿਖਾਲਦੇ ਹੋਏ ਸਾਡੇ ਉੱਤੇ ਗੱਲ ਕਰਨੀ ਤਾਂ ਕੀ, ਸਾਡੇ ਉੱਤੇ ਲਾਠੀਚਾਰਜ ਕੀਤੇ, ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ। ਇਹ ਅੱਜ ਦਾ ਦਿਨ ਇਹ ਗੱਲ ਬਿਲਕੁਲ ਸਾਫ਼ ਕਰਦਾ ਕਿ ਹਿੰਦੁਸਤਾਨ ਹਕੂਮਤ ਕਦੇ ਵੀ ਸਿੱਖਾਂ ਦੀ ਨਾ ਸਕੀ ਸੀ, ਨਾ ਹੈ ਅਤੇ ਨਾ ਕਦੇ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੁੱਖ ਸੇਵਾਦਾਰ ਆਵਾਜ਼ੇ ਕੌਮ ਜਥੇਬੰਦੀ ਮਨਜੀਤ ਸਿੰਘ। ਅੱਜ ਦਾ ਸਾਡਾ ਮਕਸਦ ਇਹ ਪ੍ਰਦਰਸ਼ਨੀ ਲਗਾ ਕੇ ਸੰਗਤ ਨੂੰ ਔਰ ਹਕੂਮਤ ਨੂੰ ਇਹ ਦੱਸਣ ਦੇ ਲਈ ਆ ਕਿ ਅਸੀਂ ਸਾਡੇ ਉੱਪਰ ਵਾਪਰੇ ਘੱਲੂ ਘਰੇ ਕਦੇ ਵੀ ਨਹੀਂ ਭੁੱਲਦੇ। ਹਾਲਾਂਕਿ ਹਕੂਮਤਾਂ ਜਿਹੜੀਆਂ ਘੱਲੂ ਘਰੇ ਕਰਦੀਆਂ ਉਹਨਾਂ ਦੀ ਪੂਰੀ ਜਿਹੜਾ ਪੂਰਾ ਜ਼ੋਰ ਲੱਗਾ ਹੁੰਦਾ ਆ ਵੀ ਉਹ ਘੱਲੂ ਘਰੇ ਜਿਹੜੇ ਹੈਗੇ ਆ ਕੌਮਾਂ ਆਪਣੇ ਮਨਾਂ 'ਚੋਂ ਵਿਸਾਰ ਦੇਣ, ਅਤੇ ਜੇ ਕਿਤੇ ਯਾਦ ਵੀ ਰੱਖਣ ਤਾਂ ਉਹਨਾਂ ਦੇ ਦੋਸ਼ੀ ਵੀ ਉਹਨਾਂ ਨੂੰ ਬਣਾ ਦਿਓ ਜਿਹਨਾਂ ਦੇ ਉੱਪਰ ਇਹ ਘੱਲੂ ਘਰੇ ਵਾਪਰੇ ਜਾਂਦੇ ਹੈ। ਕੌਮ ਦਾ ਬਹੁਤ ਵੱਡਾ ਹਿੱਸਾ ਸ਼ਾਇਦ ਇਹ ਨਹੀਂ ਜਾਣਦਾ ਕਿ 1984 ਤੋਂ ਪਹਿਲਾਂ ਵੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ, 1984 ਤੋਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਜੋੜੇ ਪਾ ਕੇ ਦਰਬਾਰ ਸਾਹਿਬ ਦੀ ਜੂਹ ਦੇ ਅੰਦਰ ਪਰਿਕਰਮਾ ਦੇ ਵਿੱਚ ਦਾਖਲ ਹੋਈਆਂ। 1984 ਤੋਂ ਪਹਿਲਾਂ ਵੀ ਇੱਥੇ ਗੋਲੀ ਚੱਲੀ, ਲਾਠੀਚਾਰਜ ਹੋਏ ਅਤੇ ਹਜ਼ਾਰਾਂ ਸਿੰਘ ਇੱਥੇ ਸ਼ਹੀਦ ਹੋਏ ਆ। 1955 ਦੇ ਵਿੱਚ ਜਦੋਂ ਸਿੱਖ ਅਜੇ 1947 ਦੇ ਜ਼ਖਮਾਂ ਨੂੰ ਅੱਲਿਆਂ ਨੂੰ ਦੇਖ ਰਹੇ ਸੀ, ਉਹਨਾਂ ਦੇ ਜ਼ਖਮਾਂ ਦੇ ਵਿੱਚੋਂ ਖੂਨ ਰਿਸਦਾ ਸੀ 1947 ਦਾ, ਅਤੇ ਮਹਿਜ਼ 8 ਸਾਲ ਬਾਅਦ 'ਚ ਹਿੰਦੁਸਤਾਨ ਹਕੂਮਤ ਉਹਨਾਂ ਨੂੰ ਇੱਕ ਨਵਾਂ ਅਤੇ ਬਹੁਤ ਗਹਿਰਾ ਜ਼ਖਮ ਦਿੰਦੀ 1955 ਦੇ ਵਿੱਚ, ਜਦੋਂ ਸਿੱਖਾਂ ਨੇ ਸਿਰਫ ਇੰਨੀ ਗੱਲ ਕੀਤੀ ਕਿ ਜੇ ਪੂਰੇ ਦੇਸ਼ ਦੇ ਅੰਦਰ ਜਿਹੜੇ ਸੂਬੇ ਆ ਉਹ ਭਾਸ਼ਾ ਦੇ ਆਧਾਰ 'ਤੇ ਬਣ ਰਹੇ, ਅਤੇ ਕਿਸੇ ਇੱਕ ਵੀ ਸੂਬੇ ਨੂੰ ਕੋਈ ਇੱਕ ਹਾਂ ਦਾ ਨਾਰਾ ਤੱਕ ਨਹੀਂ ਮਾਰਨਾ ਪਿਆ, ਕੋਈ
ਲਲਕਾਰ ਨਹੀਂ ਮਾਰਨੀ ਪਈ ਵੀ ਸਾਡਾ ਜਿਹੜਾ ਸੂਬਾ ਸਾਨੂੰ ਦਿਓ, ਤੇ ਵਾਹਿਦ ਪੰਜਾਬ ਨਾਲ ਹੀ ਇੰਨਾ ਧੱਕਾ ਕਿਉਂ ਕਿ ਉਹਨੂੰ ਆਪਦਾ ਸੂਬਾ ਬਣਾਉਣ ਦੇ ਲਈ ਵੀ ਜਿਹੜਾ ਹੈਗਾ ਹਜ਼ਾਰਾਂ ਸਿੰਘਾਂ ਦੀਆਂ ਕੁਰਬਾਨੀਆਂ ਦੇਣੀਆਂ ਪੈ ਰਹੀਆਂ। ਮਕਸਦ ਸਿਰਫ ਇੰਨਾ ਸੀਗਾ, ਅਸੀਂ ਆਪਦੀ ਕੌਮ ਦੇ ਜਿਹੜੇ ਸਾਡੇ ਸੂਝਵਾਨ ਸੰਗਤ ਹੈਗੀ ਉਹਨੂੰ ਵੀ ਇਹ ਗੱਲ ਜਿਹੜੀ ਆ ਜ਼ਾਹਰ ਕਰਨੀ ਚਾਹੁੰਦੇ ਹਾਂ ਭਈ ਹਿੰਦੁਸਤਾਨ ਹਕੂਮਤ ਦੇ ਵਿੱਚ ਅੱਜ ਵੀ ਜਿਹਨਾਂ ਦਾ ਮੋਹ ਆ, ਵਿਸ਼ਵਾਸ ਆ, ਤੇ ਉਹ 1955 ਨੂੰ ਚੇਤੇ ਕਰ ਲੈਣ ਜਦੋਂ ਅਸੀਂ ਕਿਸੇ ਵੱਖਰੇ ਦੇਸ਼ ਦੀ ਮੰਗ ਨਹੀਂ ਸੀ ਕੀਤੀ, ਵਾਹਿਦ ਆਪਣੇ ਉਸੇ ਹੱਕ ਦੀ ਮੰਗ ਕੀਤੀ ਸੀ ਜਿਹਦੇ ਤਹਿਤ ਬਾਕੀ ਪੂਰੇ ਦੇਸ਼ 'ਚ ਸੂਬੇ ਬਣਦੇ ਪਏ ਸੀ, ਤੇ ਉਦੋਂ ਵੀ ਉਹਨੇ ਇਸ ਹਿੰਦੁਸਤਾਨੀ ਹਕੂਮਤ ਨੇ ਆਪਣੇ ਢਿੱਡ ਦਾ ਵੈਰ ਸਾਨੂੰ ਦਿਖਾਲਦੇ ਹੋਏ ਸਾਡੇ ਉੱਤੇ ਗੱਲ ਕਰਨੀ ਤਾਂ ਕੀ, ਸਾਡੇ ਉੱਤੇ ਲਾਠੀਚਾਰਜ ਕੀਤੇ, ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ। ਇਹ ਅੱਜ ਦਾ ਦਿਨ ਇਹ ਗੱਲ ਬਿਲਕੁਲ ਸਾਫ਼ ਕਰਦਾ ਕਿ ਹਿੰਦੁਸਤਾਨ ਹਕੂਮਤ ਕਦੇ ਵੀ ਸਿੱਖਾਂ ਦੀ ਨਾ ਸਕੀ ਸੀ, ਨਾ ਹੈ ਤੇ ਨਾ ਕਦੇ ਹੋਏਗੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।